ਇੱਕ ਹਫ਼ਤੇ ਦੇ ਵਿੱਚ ਦੇਖ ਲਓ ਕਿੰਨਾ ਰੇਟ ਦਾ ਫਰਕ ਪੈ ਗਿਆ। ਮੰਡੀਆਂ ਦੇ ਭਾਅ ਹਫ਼ਤਾ ਪਹਿਲਾਂ ਕੀ ਸੀਗੇ ਅਤੇ ਅੱਜ ਕੀ ਨੇ। ਪੰਜਾਬ ਦੀਆਂ ਮੰਡੀਆਂ, ਚੜ੍ਹਦੇ ਪੰਜਾਬ ਦੀਆਂ ਰੇਟ ਤਕਰੀਬਨ ਕਈ ਸਬਜ਼ੀਆਂ ਦਾ ਤਾਂ ਅੱਧੋ ਅੱਧ ਦਾ ਫਰਕ ਪੈ ਗਿਆ ਅਤੇ ਕੁਝ ਕੁ ਸਬਜ਼ੀਆਂ ਨੇ ਜਿਨ੍ਹਾਂ ਦਾ ਰੇਟ ਦੇ ਵਿੱਚ ਇਜਾਫਾ ਵੀ ਹੋਇਆ। ਇਹ ਵਾਲੀ ਮੰਡੀ ਹੈ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ। ਸਰਹੱਦ ਦੇ ਭਾਰਤ ਪਾਕ ਸਰਹੱਦ ਦੇ ਲਾਗੇ ਹੈ, 16 ਕਿਲੋਮੀਟਰ ਦੂਰ ਹੈ ਇੱਥੋਂ ਭਾਰਤ ਪਾਕਿਸਤਾਨ ਦੀ ਸਰਹੱਦ। ਅਤੇ ਮੰਡੀਆਂ ਦੇ ਰੇਟ ਦੇ ਵਿੱਚ ਕਾਫੀ ਫਰਕ ਆਇਆ। ਜਿਹੜੀ ਚੀਜ਼ ਪਹਿਲਾਂ 15-16 ਰੁਪਏ ਸੀਗੀ ਕਿਲੋ, ਅੱਜ ਉਹ ਚੀਜ਼ 8-9 ਰੁਪਏ ਹੈ। ਅਤੇ ਜਿਹੜੀ ਚੀਜ਼ ਪਹਿਲਾਂ 250-260 ਰੁਪਏ ਕਿਲੋ ਸੀਗੀ, ਅੱਜ ਕਿੰਨੀ ਵਿਕਦੀ ਹੈ? 40-60 ਰੁਪਏ ਕਿਲੋ। ਇਹ ਰੇਟ ਹੋਰ ਵੀ ਹੈਗੇ ਨੇ, ਅਤੇ ਜਿਵੇਂ 10 ਰੁਪਏ ਕਿਲੋ ਵਾਲੀ ਚੀਜ਼ ਸੀਗੀ, ਉਹਦਾ ਡਬਲ ਰੇਟ ਹੋ ਗਿਆ, ਉਹਦੇ 'ਚ ਬੜਾ ਫਰਕ ਪਿਆ। ਤਾਂ ਤੁਸੀਂ ਵੀ ਦੱਸੋ ਕਿ ਤੁਹਾਡੇ ਰੇਟ ਦਾ ਕੀ ਫਰਕ ਪਿਆ ਜਾਂ ਸਬਜ਼ੀਆਂ ਦੇ ਕੀ ਰੇਟ ਨੇ। ਤਾਂ ਮੈਂ ਤੁਹਾਨੂੰ ਲਾਉਂਦਾ ਇਸ ਮੰਡੀ ਦਾ ਗੇੜਾ। ਪਹਿਲਾਂ ਰੇਟ ਦੇ ਉਥਲ ਪੁਥਲ ਜਿਨ੍ਹਾਂ ਦੇ ਵਿੱਚ ਹੋਈ ਹੈ ਜ਼ਿਆਦਾਤਰ, ਉਹ ਗੱਲ ਕਰੀਏ ਤਾਂ ਲਸਣ ਪਿਛਲੇ ਹਫ਼ਤੇ ਸੀਗਾ 250 ਰੁਪਏ ਤਕਰੀਬਨ ਕਿਲੋ, ਅਤੇ ਅੱਜ ਜਿਹੜਾ ਮੰਡੀ ਦੇ ਵਿੱਚ ਵਿਕਿਆ ਲਸਣ ਉਹ ਵਿਕਿਆ 40-60 ਰੁਪਏ ਕਿਲੋ। ਕਿੰਨਾ ਫਰਕ ਪੈ ਗਿਆ? ਅੱਧੋ ਅੱਧ ਤੋਂ ਵੀ ਜ਼ਿਆਦਾ ਹੈ। ਅੱਧੋ ਅੱਧ ਹੁੰਦਾ ਤਾਂ 125 ਰੇਟ ਪੈਣਾ ਸੀ, ਹੋਰ ਡਿੱਗ ਗਿਆ। ਅਤੇ ਕਈ ਸਬਜ਼ੀਆਂ ਅਜਿਹੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਤੇਜ਼ੀ ਆਈ ਹੈ, ਉਹ ਹੈ ਆਲੂ। ਆਲੂ ਜਿਹੜਾ ਪਿਛਲੇ ਹਫ਼ਤੇ ਜਾਂ 10 ਦਿਨ ਪਹਿਲਾਂ ਵਿਕਿਆ ਸੀਗਾ, ਉਹ ਵਿਕਿਆ ਸੀ 5 ਰੁਪਏ ਕਿਲੋ, ਅਤੇ ਅੱਜ ਰੇਟ ਹੈ 14 ਰੁਪਏ ਕਿਲੋ। ਤਕਰੀਬਨ 3 ਗੁਣਾ ਫਰਕ ਪੈ ਗਿਆ ਇਹਦੇ ਵਿੱਚ। ਹੋਰ ਵੀ ਹੈਗੇ ਨੇ, ਉਹ ਕਿਹੜੀਆਂ ਕਿਹੜੀਆਂ ਸਬਜ਼ੀਆਂ ਨੇ? ਉਹ ਨੇ ਜਿੱਦਾਂ ਗੋਭੀ ਹੈ, ਅੱਜ ਮੰਡੀ ਦੇ ਵਿੱਚ ਵਿਕੀ ਹੈ 10-12 ਰੁਪਏ ਕਿਲੋ, ਅਤੇ ਬੰਦ ਗੋਭੀ ਜਾਂ ਪੱਤਾ ਗੋਭੀ ਜਿਹੜੀ ਪਿਛਲੇ ਹਫ਼ਤੇ ਵਿਕੀ ਸੀ 15-16 ਰੁਪਏ ਕਿਲੋ, ਅੱਜ ਅੱਧੋ ਅੱਧ ਦਾ ਫਰਕ ਆ ਵੀਰੇ, ਅੱਜ ਵਿਕੀ ਹੈ 8 ਰੁਪਏ ਜਾਂ 9 ਰੁਪਏ ਕਿਲੋ। ਅਤੇ ਹਰੀ ਮਿਰਚ, ਇਹ 35-50 ਰੁਪਏ ਕਿਲੋ ਵਿਕੀ ਹੈ ਇਸ ਮੰਡੀ ਦੇ ਵਿੱਚ। ਟਮਾਟਰ ਲਗਾ ਲਈਏ ਤਾਂ 15-17 ਰੁਪਏ ਤਕਰੀਬਨ ਵਿਕਿਆ। ਮੂਲੀ ਦੇ ਰੇਟ ਦੇ ਵਿੱਚ ਕੁਝ ਫਰਕ ਜ਼ਰੂਰ ਆਇਆ, ਜਿਹੜੀ ਪਹਿਲਾਂ ਪਿਛਲੇ ਹਫ਼ਤੇ 4-5 ਰੁਪਏ ਕਿਲੋ ਸੀਗੀ, ਉਹ ਅੱਜ ਰੇਟ ਹੈ 7-8 ਰੁਪਏ ਕਿਲੋ। ਇੱਦਾਂ ਹੀ ਬੈਂਗਣ ਹੈ, ਬੈਂਗਣ ਦਾ ਰੇਟ, ਬੈਂਗਣ ਦਾ ਭਾਅ 30 ਰੁਪਏ ਕਿਲੋ ਹੈ। ਹਾਂ, ਨਾਸਿਕ ਪਿਆਜ਼ ਉਹਦੀ ਗੱਲ ਕਰ ਲਈਏ, ਨਾਸਿਕ ਪਿਆਜ਼ 20 ਰੁਪਏ ਇੱਥੇ ਮੰਡੀ ਦੇ ਵਿੱਚ। ਅਤੇ ਜਿਹੜਾ ਰਾਜਸਥਾਨ ਤੋਂ ਆਉਂਦਾ ਉਸ ਇਲਾਕੇ 'ਚੋਂ,
ਉਹ 17-18 ਰੁਪਏ ਕਿਲੋ ਹੈ। ਹਰਾ ਪਿਆਜ਼ ਉਹ ਇਹਨਾਂ ਤੋਂ ਕੁਝ ਮਹਿੰਗਾ ਹੈ, ਉਹ ਹੈ 30 ਰੁਪਏ ਕਿਲੋ। ਨਿੰਬੂ ਵਿਕਿਆ ਮੰਡੀ ਦੇ ਵਿੱਚ 90 ਤੋਂ 100 ਰੁਪਏ ਤਕਰੀਬਨ ਕਿਲੋ ਦਾ ਰੇਟ ਹੈ। ਅਤੇ ਜੇ ਪੁਦੀਨੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਾਫੀ ਮੰਦਾ ਆਇਆ। ਪੁਦੀਨਾ ਦੀ ਇੱਕ ਗੁੱਟੀ ਹੈ ਜਿਹੜੀ ਪੁਦੀਨੇ ਦੀ, ਉਹ 5 ਰੁਪਏ ਵਿੱਚ ਵਿਕੀ ਹੈ। ਧਨੀਆ ਉਹ ਦੇਖੋ 20 ਰੁਪਏ ਦੇ 3 ਗੁੱਟੀਆਂ ਵੇਚਣੀਆਂ ਪੈ ਰਹੀਆਂ, ਜਦੋਂ ਕਿ ਪਹਿਲਾਂ ਜਿਹੜੀ ਵਿਕਦੀ ਰਹੀ ਹੈ ਪਿਛਲੇ ਹਫ਼ਤੇ ਉਹ 10 ਰੁਪਏ 3 ਗੁੱਟੀਆਂ ਤੱਕ ਹੈਗੇ ਸੀ। ਕਿੰਨਾ ਫਰਕ ਆ ਗਿਆ? ਤਾਂ ਵੀਰੋ ਤੁਹਾਡੀ ਮੰਡੀ ਦੇ ਵਿੱਚ ਕੀ ਰੇਟ ਨੇ ਪਲੀਜ਼ ਉਹ ਕਮੈਂਟ ਕਰਕੇ ਦੱਸਿਓ ਆਪਣੀ ਮੰਡੀ ਦੇ ਭਾਅ।